ਕਰਮਾਂ ਮਾਰੀ ਕੰਮੋ ਭਾਗ ਦੂਜਾ। ਨਿੰਮੋ ਭੈਣ ਮੇਰੀ ਸਭ ਤੋਂ ਵੱਡੀ ਭੈਣ ਸੀ ਅਤੇ ਅਸੀਂ ਤਿੰਨ ਛੋਟੀਆਂ। ਨਿੰਮੋ ਭੈਣ ਉਦੋਂ 7 ਸਾਲਾਂ ਦੀ ਸੀ ਜਦੋਂ ਉਸਨੇ ਬਾਪ ਨੂੰ ਆਖਰੀ ਵਾਰ ਵੇਖਿਆ ਅਤੇ ਉਹਨੂੰ ਸ਼ਾਇਦ ਇਹ ਰੋਸਾ ਮੇਰੇ 'ਤੇ ਸੀ ਕਿ ਇਹ ਜੇ ਮੁੰਡਾ ਹੁੰਦੀ ਤਾਂ ਸਾਡਾ ਬਾਪ ਸਾਨੂੰ ਛੱਡ ਕੇ ਨਾ ਜਾਂਦਾ। ਮੇਰੇ ਬਾਪ ਨੇ ਮੁੜ ਕੇ ਕੀ ਆਉਣਾ ਸੀ, ਸਗੋਂ ਉਹਨੇ ਤਾਂ ਮੇਰੀ ਦਾਦੀ ਦੇ ਕਹਿਣ 'ਤੇ ਇੱਕ ਹੋਰ ਵਿਆਹ ਕਰਾ ਲਿਆ। ਜਿਸ ਕੁੜੀ ਨਾਲ ਵਿਆਹ ਹੋਇਆ ਸੀ ਉਹ ਮੇਰੀ ਹੀ ਮਾਂ ਦੀ ਛੋਟੀ ਭੈਣ ਮੇਰੀ ਮਾਸੀ ਤੇਜੋ ਸੀ। ਤੇਜੋ ਮਾਸੀ ਨੇ ਮੇਰੇ ਬਾਪ ਨਾਲ ਵਿਆਹ ਕਰਾਉਣ 'ਤੇ ਇੱਕ ਸ਼ਰਤ ਰੱਖੀ ਕਿ ਜੇਕਰ ਔਲਾਦ ਵਿੱਚ ਉਹਦੇ ਮੁੰਡੇ ਹੋਣਗੇ ਤਾਂ ਉਹ ਮੇਰੀ ਮਾਂ ਨੂੰ ਮੇਰੇ ਘਰ ਵਾਪਸ ਲੈ ਕੇ ਆਊਗਾ। ਅਤੇ ਤੇਜੋ 'ਤੇ ਰੱਬ ਦੀ ਬਹੁਤ ਮਿਹਰ ਰਹੀ, 2 ਸਾਲ ਮਗਰੋਂ ਤੇਜੋ ਦੇ ਘਰ 2 ਮੁੰਡਿਆਂ ਨੇ ਜੁੜਵਾ ਜਨਮ ਲਿਆ ਅਤੇ ਮੇਰੀ ਮਾਸੀ ਨੇ ਮੇਰੇ ਬਾਪ ਤੋਂ ਉਹ ਲਿਆ ਵਾਅਦਾ ਪੂਰਾ ਕਰਵਾਇਆ ਅਤੇ ਉਹ ਮੇਰੀ ਮਾਂ ਅਤੇ ਮੇਰੀਆਂ ਭੈਣਾਂ ਨੂੰ ਆਪਦੇ ਘਰ ਵਾਪਸ ਲੈ ਆਇਆ। ਪਰ ਸਾਨੂੰ ਉਹ ਪਿਆਰ ਨਾ ਦੇ ਸਕਿਆ ਜਿਸ ਦੀ ਸਾਨੂੰ ਉਮੀਦ ਸੀ, ਜੋ ਇੱਕ ਬਾਪ ਤੋਂ ਧੀਆਂ ਨੂੰ ਉਮੀਦ ਹੁੰਦੀ ਆ। ਤੇਜੋ ਮਾਸੀ ਤਾਂ ਉਸੇ ਦਿਨ ਘਰ ਛੱਡ ਕੇ ਚਲੀ ਗਈ ਸੀ ਜਿਸ ਦਿਨ ਘਰ ਵਾਪਸ ਲੈ ਆਈ ਸੀ। ਉਹ ਸੋਚਦੀ ਸੀ ਕਿ ਹੁਣ ਮੇਰੀ ਭੈਣ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਅਤੇ ਉਹ ਆਪਣੇ ਘਰ ਵਿੱਚ ਖੁਸ਼ ਰਹੇਗੀ ਅਤੇ ਉਹਨੂੰ ਬਾਹਰ ਕੰਮ ਕਰਨ ਦੀ ਵੀ ਲੋੜ ਨਹੀਂ ਪਵੇਗੀ ਅਤੇ ਉਹਨੂੰ ਕੋਈ ਕੁਝ ਕਹੇਗਾ ਵੀ ਨਹੀਂ। ਪਰ ਇਹਦੇ ਬਾਵਜੂਦ ਮੇਰੀ ਮਾਂ ਦੀ ਹਾਲਤ ਉਹੀਓ ਸੀ, ਸਗੋਂ ਹੁਣ ਤਾਂ ਉਹਦੇ ਹਾਲਾਤ ਪਹਿਲਾਂ ਨਾਲੋਂ ਵੀ ਬੁਰੇ ਹੋ ਚੱਲੇ ਸਨ। ਪਹਿਲਾਂ ਤਾਂ ਮੇਰੀ ਮਾਂ ਕੇਵਲ ਬਾਹਰ ਕੰਮ ਕਰਕੇ ਥੋੜ੍ਹਾ ਬਹੁਤਾ ਘਰ ਦਾ ਕੰਮ ਕਰਦੀ ਸੀ, ਪਰ ਹੁਣ ਤਾਂ ਸਹੁਰੇ ਘਰ ਦਾ ਕੰਮ ਉਹਨੂੰ ਆਪ ਹੀ ਕਰਨਾ ਪੈਂਦਾ ਸੀ। ਸਾਰੇ ਟੱਬਰ ਦੀ ਰੋਟੀ, ਗੋਆ ਕੂੜਾ ਸਾਰਾ ਦਿਨ ਕੰਮ ਕਰਦੀ ਰਹਿੰਦੀ ਅਤੇ ਜ਼ਿੰਮੇਵਾਰੀਆਂ ਵੱਧ ਗਈਆਂ ਸਨ ਜਿਸ ਕਰਕੇ ਉਹ ਬਾਹਰ ਕੰਮ ਨਹੀਂ ਕਰ ਸਕਦੀ ਸੀ। ਸਮਾਂ ਬੀਤਦਾ ਗਿਆ, ਅਸੀਂ ਸਾਰੇ ਵੱਡੇ ਹੋ ਗਏ। ਮੇਰੇ ਬਾਪ ਨੇ ਆਪਣੇ ਮੁੰਡਿਆਂ ਦਾ ਵਿਆਹ ਬਹੁਤ ਦਿਲ ਖੋਲ੍ਹ ਕੇ ਅਤੇ ਧੂਮਧਾਮ ਨਾਲ ਕੀਤਾ ਅਤੇ ਸਾਡੇ ਵਾਰੀ ਪੈਰ ਪਿੱਛੇ ਖਿੱਚ ਲਏ। ਫਿਰ ਮੇਰੀ ਮਾਂ ਅਤੇ ਮੇਰੀ ਮਾਸੀ ਤੇਜੋ ਨੇ ਹੀ 3 ਭੈਣਾਂ ਦੇ ਆਨੰਦ ਕਾਰਜ ਕਰਵਾਏ ਅਤੇ ਮੇਰੀ ਮਾਂ ਦੀ ਸਾਰੀ ਜਮ੍ਹਾਂ ਪੂੰਜੀ ਮੇਰੀਆਂ 3 ਭੈਣਾਂ ਦੇ ਵਿਆਹ 'ਤੇ ਖਰਚ ਹੋ ਗਈ ਅਤੇ ਮੇਰੀ ਤੇਜੋ ਮਾਸੀ ਨੇ ਵੀ ਮੇਰੀ ਮਾਂ ਦੀ ਬੜੀ ਮਦਦ ਕੀਤੀ ਜਿੰਨੀ ਕਰ ਸਕਦੀ ਸੀ। ਹੁਣ ਉਹ ਵੀ ਕਿੰਨੀ ਕੁ ਕਰ ਸਕਦੀ ਸੀ। ਜਦ ਮੇਰੇ ਵਿਆਹ ਦੀ ਵਾਰੀ ਆਈ ਤਾਂ ਮੇਰੀ ਮਾਂ ਨੂੰ ਆਪਣੇ ਸਹੁਰਿਆਂ ਅੱਗੇ ਹੀ ਹੱਥ ਅੱਡਣੇ ਪਏ ਅਤੇ ਮੇਰੇ ਬਾਪ ਨੇ ਮੈਨੂੰ ਵਿਆਹ ਦਿੱਤਾ, ਪਰ ਵਿਆਹਿਆ ਵੀ ਐਸੇ ਘਰ ਜਿੱਥੇ ਪਹਿਲਾਂ ਹੀ ਭੰਗ ਪੁੱਜਦੀ ਸੀ ਅਤੇ ਉਹ ਸ਼ਖਸ ਮੇਰੇ ਤੋਂ ਦੂਣੀ ਉਮਰ ਦਾ ਸੀ। ਉੱਤੋਂ ਉਹਦੇ 2 ਨਿਆਣੇ ਵੀ ਸਨ। ਮੇਰੇ ਬਾਪ ਨੇ ਤਾਂ ਮੇਰੇ ਤੋਂ ਛੇਤੀ ਹੀ ਖਹਿੜਾ ਛਡਾਉਣ ਲਈ ਮੈਨੂੰ ਇਸੇ ਘਰ ਵਿਆਹ ਦਿੱਤਾ ਸੀ, ਪਰ ਅੱਗੋਂ ਇਸ ਘਰ ਵਿੱਚ ਮੈਂ ਵਹੁਟੀ ਦੇ ਰੂਪ ਵਿੱਚ ਨਹੀਂ ਬਲਕਿ ਆਪਣੇ ਪਤੀ ਦੇ ਨਿਆਣਿਆਂ ਦੀ ਦੂਜੀ ਮਾਂ ਦੇ ਰੂਪ ਵਿੱਚ ਸਵੀਕਾਰੀ ਗਈ ਸੀ। ਉਸ ਵਕਤ ਕੇਵਲ ਮੈਂ ਹੀ ਜਾਣਦੀ ਸੀ ਕਿ ਮੇਰੇ 'ਤੇ ਕੀ ਬੀਤ ਰਹੀ ਸੀ। ਮੇਰੀ ਮਾਂ ਤੋਂ ਵੀ ਇਸ ਗੱਲ ਦਾ ਉਲਾ ਰੱਖਿਆ ਗਿਆ ਸੀ ਕਿ ਜਿਸ ਸ਼ਖਸ ਨਾਲ ਮੈਂ ਵਿਆਹੀ ਗਈ ਹਾਂ ਉਹ ਅੱਧ ਖੜ ਉਮਰ ਦਾ ਬੱਦਾ ਅਤੇ ਅੱਗੋਂ ਉਸਦੇ ਜਵਾਕ ਵੀ ਹਨ। ਮੇਰੇ ਬਾਪ ਨੇ ਇਹ ਗੱਲ ਮੇਰੀ ਮਾਂ ਤੋਂ ਕੇਵਲ ਇਸ ਲਈ ਲੁਕੋਈ ਕਿ ਮੇਰੀ ਮਾਂ ਨੇ ਇਹ ਸੁਣ ਕੇ ਵਿਆਹ ਤੋਂ ਨਾ ਕਰ ਦੇਣੀ ਹੈ। ਭਲਾ ਕੋਈ ਮਾਂ ਆਪਣੀ ਬੱਚੀ ਨੂੰ ਆਪਣੇ ਹੱਥੀਂ ਹੀ ਨਰਕ 'ਚ ਕਿਵੇਂ ਧੱਕਾ ਦੇਵੇਗੀ। ਪਰ ਇਹ ਗੱਲ ਮੇਰੇ ਬਾਪ ਨੂੰ ਤਾਂ ਕਦੇ ਸਮਝ ਆਈ ਵੀ ਨਹੀਂ ਅਤੇ ਨਾ ਕਦੇ ਆਉਣੀ ਸੀ। ਉਹ ਤਾਂ ਬਸ ਆਪਣੇ ਹੀ ਪਰਿਵਾਰ ਵਿੱਚ ਮਸਤ ਸੀ ਜਿਸ ਵਿੱਚ ਉਹਦੇ ਮਾਤਾ ਪਿਤਾ ਅਤੇ ਉਹਦੇ 2 ਪੁੱਤਰ ਅਤੇ 2 ਨਵੀਆਂ ਵਿਆਹੀਆਂ ਵਹੁਟੀਆਂ ਸ਼ਾਮਲ ਸਨ। ਮੇਰਾ ਬਾਪ ਤਾਂ ਸਾਡਾ ਆਪਣਾ ਹੋ ਕੇ ਵੀ ਸਤੇਲਾ ਹੀ ਰਿਹਾ। ਉਸਨੂੰ ਆਪਣੇ ਹੀ ਪਰਿਵਾਰ ਦੀ ਚਿੰਤਾ ਸੀ ਜਿਸ ਵਿੱਚ ਉਹਦੇ ਮੁੰਡੇ ਹੀ ਸ਼ਾਮਲ ਸਨ।